ਕਿਸਾਨੀ ਅੰਦੋਲਨ ਦਾ ਅਸਰ ਇੱਕ ਵਾਰ ਫਿਰ ਪੰਜਾਬ 'ਚ ਵਿਆਹਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ। ਬੀਤੇ ਦਿਨੀ ਹੋਏ ਇੱਕ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਕਿਸਾਨੀ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ ਅਤੇ ਕਿਸਾਨੀ ਅੰਦੋਲਨ ਦੇ ਗੀਤਾਂ ਦੇ ਉੱਤੇ ਵਿਆਹ ਵਾਲੇ ਮੁੰਡੇ ਕੁੜੀ ਨੇ ਵੀ ਭੰਗੜਾ ਪਾਇਆ। ਇਸ ਮੌਕੇ ਰਿਸ਼ਤੇਦਾਰਾਂ ਨੇ ਵੀ ਉਹਨਾਂ ਦਾ ਸਾਥ ਦਿੰਦਿਆਂ ਆਖਿਆ ਕਿ ਅੱਜ ਦਾ ਇਹ ਵਿਆਹ ਕਿਸਾਨਾਂ ਦੇ ਅੰਦੋਲਨ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਪੂਰੀ ਜਾਂਚ ਕਿਸਾਨਾਂ ਦੇ ਨਾਲ ਏ। ਦੇਖੋ ਜੀ, ਜਦੋਂ ਅਸੀਂ ਕੋਈ ਵੀ ਜੰਗ ਜਿੱਤਣੀ ਹੋਵੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ, ਪਰ ਕਿਸਾਨਾਂ ਨੇ ਕਿਸੇ ਆਮ ਬੰਦੇ ਨੂੰ, ਐਂਬੂਲੈਂਸ ਨੂੰ, ਬਰਾਤ ਨੂੰ ਜਾਂ ਕਿਸੇ ਆਮ ਬੰਦੇ ਨੂੰ ਕੋਈ ਉਹ ਨਹੀਂ ਕਰਦੇ। ਇਹ ਸਰਕਾਰ ਨਾਲ ਟੱਕਰ ਹੈ ਸਾਡੀ, ਅਸੀਂ ਵੀ ਇਸ ਚੀਜ਼ ਦਾ ਸਮਰਥਨ ਦਿੰਦੇ ਹਾਂ। ਮੇਰੀ ਬੇਟੀ ਦਾ ਵਿਆਹ ਅੱਜ, ਅਸੀਂ DJ 'ਤੇ ਸਿਰਫ ਕਿਸਾਨੀ ਗਾਣੇ ਲਾਏ ਨੇ, ਅਸੀਂ ਹੋਰ ਕੋਈ ਗਾਣਾ ਨਹੀਂ ਲਾਇਆ। ਜੇ ਅਸੀਂ ਅੰਨਦਾਤਾ ਨਾਲੇ ਵੈਰ ਪਾਵਾਂਗੇ ਤਾਂ ਸਾਨੂੰ ਅੰਨ ਕਿੱਥੋਂ ਮਿਲੇਗਾ? ਕਿਸਾਨ ਹੈ ਉਹ ਸਾਡਾ ਅੰਨਦਾਤਾ ਹੈ। ਇਹ ਸਰਕਾਰਾਂ ਵੀ ਕਹਿੰਦੀਆਂ ਨੇ, ਪਰ ਸਰਕਾਰਾਂ ਨਾਰਾ ਜ਼ਰੂਰ ਮਾਰਦੀਆਂ ਨੇ ਪਰ ਨਾਲ ਹੀ ਛੁਰਾ ਮਾਰਦੀਆਂ ਨੇ। ਇਸ ਕਰਕੇ ਸਰਕਾਰ ਨੂੰ ਬੇਨਤੀ ਹੈ, ਝੁਕੇ, ਕਿਸਾਨਾਂ ਦਾ ਜੋ ਵੀ ਮਸਲਾ ਉਹਨੂੰ ਹੱਲ ਕਰੇ, ਔਰ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਅੱਗੇ ਤੋਂ ਸੇਧ ਮਿਲੇ ਕਿ ਉਹ ਇਸ ਸੰਘਰਸ਼ 'ਚ ਦੁਬਾਰਾ ਨਾ ਪੈ ਸਕਣ। ਵੀ ਸਰਕਾਰਾਂ ਨੇ ਜਿਹੜੀਆਂ ਸਾਡੀਆਂ ਆਵਾਮ ਦੀਆਂ ਗੱਲਾਂ ਸੁਣਦੀਆਂ ਨੇ, ਸਾਡੀ ਆਵਾਮ ਆ ਜਿਹੜੀ, ਸਾਡੀ ਜਨਤਾ ਇਹਦਾ ਦੁੱਖ ਸਮਝਦੀਆਂ ਨੇ, ਪਰ ਇਹ ਸਰਕਾਰ ਜਿਹੜੀ ਆਈ ਆ ਇਹ ਜ਼ਾਲਮ ਸਰਕਾਰ ਆਈ ਆ ਜਿਹਨੇ ਕਿਸੇ ਕਿਸਾਨ ਦਾ, ਕਿਸੇ ਗਰੀਬ ਦਾ ਕੋਈ ਦੁੱਖ ਨਹੀਂ ਸੁਣਿਆ। ਕਿਸਾਨੀ ਅੰਦੋਲਨ ਦਾ ਅਸਰ ਇੱਕ ਵਾਰ ਫਿਰ ਪੰਜਾਬ 'ਚ ਵਿਆਹਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ। ਬੀਤੇ ਦਿਨੀ ਹੋਏ ਇੱਕ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਕਿਸਾਨੀ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ ਅਤੇ ਕਿਸਾਨੀ ਅੰਦੋਲਨ ਦੇ ਗੀਤਾਂ ਦੇ ਉੱਤੇ ਵਿਆਹ ਵਾਲੇ ਮੁੰਡੇ ਕੁੜੀ ਨੇ ਵੀ ਭੰਗੜਾ ਪਾਇਆ। ਇਸ ਮੌਕੇ ਰਿਸ਼ਤੇਦਾਰਾਂ ਨੇ ਵੀ ਉਹਨਾਂ ਦਾ ਸਾਥ ਦਿੰਦਿਆਂ ਆਖਿਆ ਕਿ ਅੱਜ ਦਾ ਇਹ ਵਿਆਹ ਕਿਸਾਨਾਂ ਦੇ ਅੰਦੋਲਨ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਪੂਰੀ ਜਾਂਚ ਕਿਸਾਨਾਂ ਦੇ ਨਾਲ ਏ। ਦੇਖੋ ਜੀ, ਜਦੋਂ ਅਸੀਂ ਕੋਈ ਵੀ ਜੰਗ ਜਿੱਤਣੀ ਹੋਵੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ, ਪਰ ਕਿਸਾਨਾਂ ਨੇ ਕਿਸੇ ਆਮ ਬੰਦੇ ਨੂੰ, ਐਂਬੂਲੈਂਸ ਨੂੰ, ਬਰਾਤ ਨੂੰ ਜਾਂ ਕਿਸੇ ਆਮ ਬੰਦੇ ਨੂੰ ਕੋਈ ਉਹ ਨਹੀਂ ਕਰਦੇ। ਇਹ ਸਰਕਾਰ ਨਾਲ ਟੱਕਰ ਹੈ ਸਾਡੀ, ਅਸੀਂ ਵੀ ਇਸ ਚੀਜ਼ ਦਾ ਸਮਰਥਨ ਦਿੰਦੇ ਹਾਂ। ਮੇਰੀ ਬੇਟੀ ਦਾ ਵਿਆਹ ਅੱਜ, ਅਸੀਂ DJ 'ਤੇ ਸਿਰਫ ਕਿਸਾਨੀ ਗਾਣੇ ਲਾਏ ਨੇ, ਅਸੀਂ ਹੋਰ ਕੋਈ ਗਾਣਾ ਨਹੀਂ ਲਾਇਆ। ਜੇ ਅਸੀਂ ਅੰਨਦਾਤਾ ਨਾਲੇ ਵੈਰ ਪਾਵਾਂਗੇ ਤਾਂ ਸਾਨੂੰ ਅੰਨ ਕਿੱਥੋਂ ਮਿਲੇਗਾ? ਕਿਸਾਨ ਹੈ ਉਹ ਸਾਡਾ ਅੰਨਦਾਤਾ ਹੈ। ਇਹ ਸਰਕਾਰਾਂ ਵੀ ਕਹਿੰਦੀਆਂ ਨੇ, ਪਰ ਸਰਕਾਰਾਂ ਨਾਰਾ ਜ਼ਰੂਰ ਮਾਰਦੀਆਂ ਨੇ ਪਰ ਨਾਲ ਹੀ ਛੁਰਾ ਮਾਰਦੀਆਂ ਨੇ। ਇਸ ਕਰਕੇ ਸਰਕਾਰ ਨੂੰ ਬੇਨਤੀ ਹੈ, ਝੁਕੇ, ਕਿਸਾਨਾਂ ਦਾ ਜੋ ਵੀ ਮਸਲਾ ਉਹਨੂੰ ਹੱਲ ਕਰੇ, ਔਰ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਅੱਗੇ ਤੋਂ ਸੇਧ ਮਿਲੇ ਕਿ ਉਹ ਇਸ ਸੰਘਰਸ਼ 'ਚ ਦੁਬਾਰਾ ਨਾ ਪੈ ਸਕਣ। ਵੀ ਸਰਕਾਰਾਂ ਨੇ ਜਿਹੜੀਆਂ ਸਾਡੀਆਂ ਆਵਾਮ ਦੀਆਂ ਗੱਲਾਂ ਸੁਣਦੀਆਂ ਨੇ, ਸਾਡੀ ਆਵਾਮ ਆ ਜਿਹੜੀ, ਸਾਡੀ ਜਨਤਾ ਇਹਦਾ ਦੁੱਖ ਸਮਝਦੀਆਂ ਨੇ, ਪਰ ਇਹ ਸਰਕਾਰ ਜਿਹੜੀ ਆਈ ਆ ਇਹ ਜ਼ਾਲਮ ਸਰਕਾਰ ਆਈ ਆ ਜਿਹਨੇ ਕਿਸੇ ਕਿਸਾਨ ਦਾ, ਕਿਸੇ ਗਰੀਬ ਦਾ ਕੋਈ ਦੁੱਖ ਨਹੀਂ ਸੁਣਿਆ।